ਬੱਚਾ ਬੇਕਸੂਰ ਹੈ, ਸਾਡਾ ਬੱਚਾ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ, ਕੋਈ ਕੁਝ ਨਹੀਂ ਹੋਣਾ ਚਾਹੀਦਾ, ਸਾਡਾ ਵੀ ਇੱਕ ਬੱਚਾ ਆਵੇ। ਹਾਂਜੀ, ਇੱਕ ਮੇਰੀ ਲੜਕੀ ਹੈ, ਇੱਕ ਲੜਕਾ ਆਵੇ, ਸਾਡੇ ਕੋਈ ਇੰਨੇ ਨਹੀਂ ਹੈਗੇ ਬੱਚੇ, ਸਾਡਾ ਵੀ ਇੱਕ ਬੱਚਾ ਆਵੇ, ਅਸੀਂ ਵੀ ਇਹਦੀ ਸਲਾਮਤੀ ਚਾਹੁੰਦੇ। ਲੜਕੇ ਦੇ ਹੱਥ ਦੇ ਵੱਜੀ ਹੈ, ਉਹਦੇ ਲੜਕੇ ਦੇ ਆਪਣਾ ਪੱਟ ਤੇ ਲੱਕ 'ਚ ਵੱਜੀ ਹੈ। ਅੱਛਾ, ਬਾਕੀ ਕਹਿ ਰਹੇ ਨੇ ਬਈ ਉਹ ਮੁੰਡਾ ਤਾਂ ਦੂਜਾ ਕੰਮ ਚੋਰਨਾ ਚੁਰਿਆ ਕਰਦੇ, ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀਗਾ। ਨਹੀਂ ਜੀ, ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ, ਤੇ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ। ਹਾਂਜੀ, ਉਹ ਡਰਦਾ ਭੱਜਿਆ ਵੀ ਉਹਦੇ ਨਾਲ। ਪਹਿਲਾਂ ਵੀ ਇਹ ਸਾਡਾ ਲੜਕਾ ਤਾਂ ਜਾ ਕੇ ਨਹੀਂ ਸੀ ਰਾਜੀ, ਉਹਨੇ ਆਖਿਆ ਤੇ ਮੈਂ ਸਗੋਂ ਡੱਕਿਆ ਵੇ, ਤੇ ਬਾਕੀ ਉਹ ਲੜਕਾ ਚਲੋ ਤੁਰ ਕੇ ਆਵੇ। ਮੈਂ ਆਂਦਾ ਮੰਮੀ ਤੁਸੀਂ ਮੈਨੂੰ ਕਾਮਯਾਬ ਨਹੀਂ ਹੋਣ ਦਿੰਦੇ, ਚਲੋ ਮੈਂ ਉਹਦੇ ਨਾਲ ਰਲ ਕੇ ਕਰ ਲੈਂਦਾ ਵਾ, ਸਾਨੂੰ ਵੀ ਇਹ ਸੀ ਚਲੋ ਬੱਚਾ ਕਾਮਯਾਬ ਹੋ ਜਾਏ। ਸਾਡੇ ਲੜਕੇ ਕੋਲ ਕੋਈ ਹਥਿਆਰ ਨੀ, ਕੁਝ ਨੀ, ਪਤਾ ਨੀ ਉਸ ਲੜਕੇ ਕੋਲ ਕੋਈ ਹੋਵੇ, ਉਹ ਕੋਈ ਕੀ ਕੰਮ ਕਰ। ਤੁਹਾਡਾ ਬੇਟਾ ਕਰਨਜੀਤ? ਕਰਮਜੀਤ। ਕੀ ਘਟਨਾ ਹੋਈ, ਤੁਹਾਨੂੰ ਕੁਝ ਖਬਰ ਮਿਲੀ ਪੁਲਿਸ ਦਾ ਫੋਨ? ਸਾਨੂੰ ਤੇ ਇਹੀ ਖਬਰ ਮਿਲੀ ਹੈ ਬਈ ਇਹ ਭੱਜੇ ਨੇ, ਤੇ ਪੁਲਿਸ ਵਾਲਿਆਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ, ਤੇ ਭੱਜੇ ਨੇ ਤੇ ਗੋਲੀਆਂ ਮਾਰ ਦਿੱਤੀਆਂ ਨੇ। ਸਾਨੂੰ ਤੇ ਇੰਨੀ ਖਬਰ ਮਿਲੀ। ਕਿੰਨੀ ਖਬਰ ਦਿੱਤੀ ਉਹਨਾਂ ਨੂੰ? ਪੁਲਿਸ ਦੀ ਫੋਨ ਆਇਆ? ਕਿਹਦਾ ਫੋਨ? ਨਹੀਂ, ਇਹਦੇ ਚਾਚੇ ਦਾ ਫੋਨ ਆਇਆ। ਅੱਛਾ ਅੱਛਾ, ਤੇ ਮੁੰਡਾ ਕਰਦਾ ਕੀ ਸੀ? ਲੜਕੇ ਦੇ ਹੱਥ ਦੇ ਵੱਜੀ ਹੈ, ਉਹਦੇ ਲੜਕੇ ਦੇ ਆਪਣਾ ਪੱਟ ਤੇ ਲੱਕ 'ਚ ਵੱਜੀ ਹੈ। ਅੱਛਾ, ਬਾਕੀ ਕਹਿ ਰਹੇ ਨੇ ਬਈ ਉਹ ਮੁੰਡਾ ਤਾਂ ਦੂਜਾ ਕੰਮ ਚੋਰੀਆਂ ਚੁਰੀਆਂ ਕਰਦੇ, ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਕਰਦਾ। ਕਰਮਜੀਤ ਦਾ ਕੀ ਕੰਮ ਸੀ ਆਪਣੇ ਕਾਕੇ ਦਾ? ਆ ਕਾ ਆਪਾਂ ਤੇ ਡੰਗਰ ਨੂੰ ਘਰ ਰੱਖੇ ਨੇ ਮਾੜਾ ਮੋਟਾ, ਤੇ ਇੱਥੇ ਕਰ ਲੈਂਦਾ ਸੀ। ਅੱਛਾ, ਤੇ ਕਰਮਜੀਤ ਕਰੋ ਕਦੋਂ ਕਰੋਗੇ ਅਸੀਂ ਤੁਹਾਨੂੰ? ਘਰੋਂ ਤੇ ਆ 2 ਕੁ ਦਿਨ ਹੀ ਇਹਨੂੰ ਹੋਏ ਨੇ। ਅੱਛਾ, ਕਿਹਨੂੰ ਬੁਲਾਇਆ ਸੀ, ਕੀ ਕਰਨਗੇ? ਇਹਦੇ ਚਾਚੇ ਦੇ ਲੜਕੇ ਨੇ ਬੁਲਾਇਆ ਸੀ। ਹਾਂ, ਕੀ ਆਖਦਾ ਸੀ ਉਹ? ਕਿਸ ਆਂਦਾ ਸੀ ਮੈਂ ਜਿਮ ਖੋਲੀ ਹੈ ਤੇ ਤੂੰ ਬਈ ਆ ਜਾ ਮੇਰੇ ਕੋਲ। ਅੱਛਾ, ਤੇ ਮੈਂ ਅਸੀਂ ਰਲ ਕੇ ਕੰਮ ਕਰਾਂਗੇ, ਇੱਕ ਕੌਫੀ ਦੀ ਦੁਕਾਨ ਖੋਲੀਏ, ਤੂੰ ਵੀ ਹਿੱਸਾ ਪਾ ਲੈ। ਠੀਕ ਹੈ। ਹਾਂਜੀ, ਅੱਗੋਂ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਜੀ। ਚਾਚੇ ਦੇ ਮੁੰਡੇ ਕੀ ਨਾਮ ਹੈ? ਪ੍ਰਿੰਸ। ਹਾਂਜੀ, ਚਾਚੇ ਦਾ ਮੁੰਡਾ ਪ੍ਰਿੰਸ ਸੀ। ਉਹ ਕਿੱਥੇ ਰਹਿਣ ਵਾਲਾ ਹੈ? ਰਾਜਪੁਰੇ। ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ, ਤੇ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ। ਹਾਂਜੀ, ਉਹ ਡਰਦਾ ਭੱਜਿਆ ਵੀ ਉਹਦੇ ਨਾਲ। ਤੁਹਾਡੇ ਕੋਲ ਇਨਫੋਰਮੇਸ਼ਨ ਕੀ? ਸਾਡੇ ਲੜਕੇ ਦਾ ਕੋਈ ਕਸੂਰ ਨਹੀਂ। ਕਿਸ ਤਰ੍ਹਾਂ ਮਿਲੀ ਤੁਹਾਨੂੰ? ਤੁਹਾਨੂੰ ਕਿਵੇਂ ਪਤਾ ਚੱਲਿਆ ਕੀ ਹੈ? ਇਹਦਾ ਚਾਚਾ ਜੀ ਨੇ ਫੋਨ ਕਰਕੇ ਦੱਸਿਆ ਮੈਨੂੰ। ਨਹੀਂ, ਚਾਣਾ ਬੱਚਾ ਬੇਕਸੂਰ ਹੈ, ਤੁਸੀਂ ਕਿਵੇਂ ਆਖ ਸਕਦੇ? ਹਾਂਜੀ, ਸਾਡੇ ਬੱਚਾ ਬੇਕਸੂਰ। ਕਿਸ ਤਰ੍ਹਾਂ ਕਹਿ ਸਕਦੇ ਹੋ ਇੰਨੀ ਵੱਡੀ ਗੱਲ? ਪੁਲਿਸ ਨੇ ਗੋਲੀ ਮਾਰੀ, ਕੋਈ ਗਲਤ ਹੋਈ ਹੋਣੀ ਉੱਥੇ? ਕਿਉਂ ਭੱਜੇ ਨੇ? ਅੱਛਾ ਅੱਛਾ, ਹਾਂਜੀ, ਆਪਣੀ ਜਾਣ ਪਛਾਣ ਵਾਸਤੇ ਭੱਜੇ ਨੇ, ਪੁਲਿਸ ਨੇ ਹਮਲਾ ਕੀਤਾ ਇਹਨਾਂ ਤੇ ਵੀ ਫੜਦੇ ਹੋਣੇ ਨੇ। ਉਹ ਲੜਕੇ ਦੇ ਨਾਲ ਇਹ ਲੜਕਾ ਸਾਡਾ ਉਂਝ ਭੱਜ ਲਿਆ ਨਾਲ। ਇਸ ਲੜਕੇ ਨੂੰ ਸਾਡੇ ਨੂੰ ਕੋਈ ਪਤਾ ਨਹੀਂ ਕਿਸੇ ਗੱਲ ਦਾ। ਹਾਂਜੀ, ਪਹਿਲਾਂ ਵੀ ਇਹ ਸਾਡਾ ਲੜਕਾ ਤਾਂ ਜਾ ਕੇ ਨਹੀਂ ਸੀ ਰਾਜੀ, ਉਹਨੇ ਆਖਿਆ ਤੇ ਮੈਂ ਸਗੋਂ ਡੱਕਿਆ ਵੇ, ਤੇ ਬਾਕੀ ਉਹ ਲੜਕਾ ਚਲੋ ਟੁਰ ਕੇ ਆਵੇ। ਮੈਂ ਆਂਦਾ ਮੰਮੀ ਤੁਸੀਂ ਮੈਨੂੰ ਕਾਮਯਾਬ ਨਹੀਂ ਹੋਣ ਦਿੰਦੇ, ਚਲੋ ਮੈਂ ਉਹਦੇ ਨਾਲ ਰਲ ਕੇ ਕਰ ਲੈਂਦਾ ਵਾ, ਸਾਨੂੰ ਵੀ ਇਹ ਸੀ ਚਲੋ ਬੱਚਾ ਕਾਮਯਾਬ ਹੋ ਜਾਏਗਾ। ਕਿੰਨਾ ਪੜਿਆ ਬੱਚਾ ਤੁਹਾਡਾ? 10 ਪੜਿਆ ਜੀ। ਸੱਸੀ ਪੜਿਆ? ਕਿੰਨੀ ਉਮਰ ਹੈ ਉਹਦੀ? ਉਮਰ ਉਹਦੀ 22 ਕੁ ਸਾਲ ਹੀ ਹੈ। ਇੱਥੇ ਪੈਲੀ ਪੈਲੀ ਪੁਲੀ ਹੈ ਆਪਣੀ ਜ਼ਮੀਨ ਹੈ? ਹਾਂ ਜੀ ਜੀ। ਕਿੰਨੀ ਪੈਲੀ ਆਪਣੀ ਇੱਥੇ? ਪੈਲੀ ਆ ਗਿਆ ਸਾਡੀ 4 ਕਿੱਲੇ। 4 ਕਿੱਲੇ। ਮਾਲੀ ਪੁਲਿਸ ਕਹਿੰਦੀ ਸੀ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ। ਕਹਿੰਦੇ ਤੁਹਾਡੇ ਮੁੰਡੇ ਉਹਨਾਂ ਚਾਣਦਰ ਵੀ ਫਾਇਰਿੰਗ ਹੋਈ ਹੈ? ਉਹਨਾਂ ਪੁਲਿਸ ਵਾਲੇ ਗੋਲੀ ਚਲਾਈ ਉਹਨੇ ਪੁਲਿਸ ਤੇ? ਹਾਂ, ਇਹ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਜੀ। ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ, ਕੁਝ ਨਹੀਂ, ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ, ਉਹ ਕੋਈ ਕੀ ਕੰਮ ਕਰ, ਸਾਨੂੰ ਨਹੀਂ। ਉਹ ਚਾਚੇ ਦਾ ਮੁੰਡਾ ਹੈ?
ਹਾਂਜੀ ਸਾਡੇ ਲੜਕੇ ਕੋਲ ਅਸੀਂ ਤੇ ਮਾੜੇ ਬੰਦੇ ਆ ਜੀ ਸਾਡੇ ਕੋਲ ਕੋਈ ਚੀਜ਼ ਨਹੀਂ ਕੇਸ ਦਰਜ ਚੁਣੇ ਬੈਠੇ ਤੇ ਝਗੜੇ ਜੁਗੜੇ ਦਾ ਵੀ ਇੱਥੇ ਕੇਸ ਕੁਛ ਉਹ ਤੇ ਹੈ ਵੇ ਉਹਦੇ ਵਿੱਚ ਵੀ ਵੇਖੋ ਜੀ ਉਵੇਂ ਹੀ ਫਸ ਗਿਆ ਇਹ ਨਾ ਗੁਜਰਾਂ ਦੀ ਲੜਾਈ ਸੀ ਇੱਕੋ ਕੇਸ ਹੈਗਾ ਮੋਹਾਲੀ ਸਵੇਰੇ ਜਾਵਾਂਗੇ ਅਸੀਂ ਕੱਲ ਜਾਓਗੇ ਹਾਂਜੀ ਮੋਹਾਲੀ ਪਤਾ ਨਹੀਂ ਸਾਨੂੰ ਕਿਹੜੇ ਸਰਕਾਰੀ ਹਸਪਤਾਲ ਚ 17 ਸੈਕਟਰ ਚ ਕਿੱਥੇ ਵੇ ਸਾਨੂੰ ਕੋਈ ਪਤਾ ਨਹੀਂ ਤੁਸੀਂ ਦੱਸ ਸਕਦੇ ਹੋ ਸਾਨੂੰ ਤੁਹਾਨੂੰ ਮੈਂ ਦੱਸ ਦਾਂਗੇ ਪਤਾ ਲੱਗਿਆ ਪਤਾ ਲੱਗਿਆ ਦੱਸਾਂਗੇ ਜਾਨ ਪਤਾ ਸਾਨੂੰ ਵੀ ਨਹੀਂ ਹੈਗਾ ਹਾਂਜੀ ਠੀਕ ਹੈ ਤੁਹਾਨੂੰ ਕਿੰਨੇ ਕੱਲਿਆ ਪੱਤਰ ਅਸੀਂ ਮੀਡੀਆ ਤੋਂ ਹੈਗੇ ਸਾਰੇ ਨਾ